ਕੰਮ ਕਾਰ ਕਾਹਦਾ ਵਾ, ਬਾਈ ਦਾ ਹੀ ਹੈਗਾ ਮਾੜਾ ਮੋਟਾ, ਅਤੇ ਉਹ ਵੀ ਪੈਲੀ ਖਰਾਬ ਹੋ ਗਈ, ਬੰਨ ਟੁੱਟ ਗਿਆ, ਡੁੱਬਾ ਪੈ ਗਿਆ। ਉਸ ਤੋਂ ਬਾਅਦ ਕੋਈ ਆਸ ਨਹੀਂ ਰਹਿ ਗਈ ਸਾਡੇ ਕੋਲ ਵੀ ਚਾਹੇ ਅਸੀਂ ਜ਼ਮੀਨ ਬਣਾ ਲਵਾਂਗੇ, ਚਾਹੇ ਕੋਈ ਬੀਜੀ ਜਾਊਗੀ, ਕੁਛ ਵੀ ਹੋ ਜਾਊਗਾ। ਉਹ ਮੁੜ ਕੇ ਖਾਲਸਾ ਆਰਟ ਦੀ ਟੀਮ ਆਈ ਆ, ਉਹਨਾਂ ਨੇ ਡੁੱਬਾ ਪੂਰਿਆ ਵਾ, ਉਹਨਾਂ ਬਣਾ ਕੇ ਦਿੱਤੀ ਆ, ਉਹਨਾਂ ਨੂੰ ਮੱਕੀ ਗੇਰ ਕੇ ਦਿੱਤੀ। ਹੁਣ ਜਿਹੜੇ ਬੋਰ ਆ, ਬੋਰ ਵੀ ਕਰਵਾ ਕੇ ਦੇਣ ਲੱਗੇ ਆ। ਫਿਰ ਜਦੋਂ 18-19 ਦੇ ਵਿੱਚ ਹਾੜ ਆਇਆ ਵਾ, ਉਦੋਂ ਸਾਰੀ ਇਹਨਾਂ ਕਮਰਿਆਂ ਦਾ ਵੀ ਸਾਰਾ ਕੁਛ ਖੜਾ ਕਰਕੇ ਦਿੱਤਾ ਵਾ, ਬਾਥਰੂਮ ਵੀ ਨਵੇਂ ਬਣਾ ਕੇ ਦਿੱਤੇ। ਉਸ ਤੋਂ ਬਾਅਦ ਬੱਚਿਆਂ ਦੀ ਫੀਸ ਸੀ ਜਿਹੜੀ, ਉਹ ਵੀ ਸਾਰੀ ਕਰਵਾ ਕੇ ਦਿੱਤੀ। ਨਹੀਂ ਤਾਂ ਕਿਸੇ ਨੇ ਨਹੀਂ ਸਾਡੀ ਬਾਂਹ ਫੜੀ, ਨਹੀਂ ਤਾਂ ਨਾ ਕੁਛ ਸਾਡੇ ਕੋਲ ਹੋਣਾ ਸੀ, ਨਾ ਹੀ ਕੁਛ ਕਰ ਸਕਦੇ ਹਾਂ। ਇਸ ਗੱਲ ਵੱਲੋਂ ਅਸੀਂ ਬਹੁਤ ਇਹਨਾਂ ਦੇ ਖੁਸ਼ ਹਾਂ ਵੀ ਜਿਹੜਾ ਸਾਡੇ ਨਾਲ ਸਾਡੀ ਬਾਂਹ ਫੜੀ ਹੈ, ਸਾਨੂੰ ਦੇ ਨਾਲ ਇੱਥੋਂ ਤੱਕ ਤੁਰੇ ਆਉਂਦਾ ਹੈ। ਖਾਲਸਾ ਦਾ ਬਹੁਤ ਧੰਨਵਾਦ ਕਰਦੇ ਹਾਂ।